ਤਰ੍ਹਾਂ ਦੀ ਗਰਮੀ ਅਤੇ ਲੂ ਦੇ ਥਪੇੜਿਆਂ ਨੇ ਆਮ ਜਨ ਜੀਵਨ ਜਿਹੜਾ ਕਿ ਵਧੇਰੇ ਪ੍ਰਭਾਵਿਤ ਕੀਤਾ ਹੈ। ਜਿੱਥੋਂ ਤੱਕ ਗੱਲ ਗੁਰਨਗਰੀ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਕਰੀਬ ਕਰੀਬ 45 ਡਿਗਰੀ ਦੇ ਕੋਲ ਜਿਹੜਾ ਕਿ ਉਹ ਟੈਂਪਰੇਚਰ ਹੋ ਗਿਆ ਹੈ, ਜਿਸ ਤੋਂ ਬਾਅਦ ਲਗਾਤਾਰ ਲੋਕਾਂ ਨੂੰ ਦਿੱਕਤਾਂ ਹੋ ਰਹੀਆਂ ਨੇ ਔਰ ਲੋਕ ਬੜੇ ਹੀ ਜ਼ਰੂਰੀ ਕੰਮ ਨਿਪਟਾਉਣ ਵਾਸਤੇ ਘਰਾਂ ਤੋਂ ਬਾਹਰ ਨਿਕਲਦੇ ਨੇ ਅਤੇ ਇਹ ਉਹ ਦਿਨ ਨੇ ਜਦੋਂ ਕਿ ਪਿਆਸ ਵੀ ਬਹੁਤ ਜ਼ਿਆਦਾ ਲੱਗਦੀ ਹੈ ਅਤੇ ਲੋਕ ਆਪਣਾ ਗਲਾ ਤਰ ਕਰਨ ਵਾਸਤੇ ਠੰਡਾ ਪਾਣੀ ਪੀਣ ਨੂੰ ਤਰਜੀਹ ਦਿੰਦੇ ਨੇ। ਅਤੇ ਤੁਹਾਨੂੰ ਦਿਖਾ ਦਿੰਦੇ ਹਾਂ ਮਿੱਟੀ ਦੇ ਘੜੇ ਜਿਹੜੇ ਕਿ ਟੂਟੀ ਲੱਗੇ ਹੋਏ ਨੇ ਔਰ ਲੋਕ ਜਿਹੜੇ ਨੇ ਕਿ ਹਰ ਸਾਲ ਇਹਨਾਂ ਦਿਨਾਂ ਵਿੱਚ ਗਰਮੀ ਦੇ ਦਿਨਾਂ ਵਿੱਚ ਮਿੱਟੀ ਦੇ ਘੜੇ ਵੀ ਜਿਹੜੇ ਖਰੀਦਦੇ ਨੇ ਕਿਉਂਕਿ ਇਸ ਮਿੱਟੀ ਦੇ ਘੜੇ ਦਾ ਜਿਹੜਾ ਪਾਣੀ ਹੈ ਇਸਦਾ ਕੋਈ ਵੀ ਸਾਨੀ ਨਹੀਂ ਹੈ। ਭਾਵੇਂ ਲੱਖਾਂ ਰੁਪਏ ਦੀਆਂ ਫਰਿੱਜਾਂ ਆ ਗਈਆਂ ਨੇ ਪਰ ਕਹਿੰਦੇ ਨੇ ਫਰਿੱਜ ਦਾ ਪਾਣੀ ਜਿਹੜਾ ਕਿ ਉਹ ਗਲਾ ਅਤੇ ਪੇਟ ਦੋਵੇਂ ਖਰਾਬ ਕਰਦਾ ਅਤੇ ਜਿਹੜਾ ਕਿ ਮਿੱਟੀ ਦਾ ਘੜਾ ਇਹ ਹੈਗਾ ਵੀ ਸਸਤਾ ਅਤੇ ਨਾਲ ਨਾਲ ਇਸਦਾ ਪਾਣੀ ਜਿਹੜਾ ਕਿ ਬਹੁਤ ਵਧੀਆ ਪੀਣ ਦੇ ਲਾਇਕ ਹੁੰਦਾ। ਤਾਂ ਗੱਲਬਾਤ ਵੀ ਕਰ ਲੈਂਦੇ ਹਾਂ ਭਾਜੀ, ਮਿੱਟੀ ਦੇ ਜਿਹੜੇ ਘੜੇ ਆਏ ਹੋਏ ਟੂਟੀ ਲੱਗੇ ਇਹ ਇਸ ਦੇ ਬਾਰੇ ਕੀ ਖਾਸੀਅਤ ਕੀ ਇਹਨਾਂ ਦੀ? ਖਾਸੀਅਤ ਇਹ ਹੈ ਜੀ ਮਿੱਟੀ ਸ਼ੁੱਧ ਹੁੰਦੀ ਹੈ, ਮਿੱਟੀ ਦਾ ਪਾਣੀ ਬਹੁਤ ਠੰਡਾ ਰਹਿੰਦਾ ਹੈ, ਫਰਿੱਜਾਂ ਵਾਲਾ ਪਾਣੀ ਜਿਹੜਾ ਹੋਇਆ ਉਹ ਗੜੇ ਹੋਏ ਖਰਾਬ ਕਰਦਾ ਜਾਂ ਮੋਟਾਪਾ ਆ ਜਾਂਦਾ ਹੈ। ਇਸ ਕਰਕੇ ਲੋਕ ਸਭ ਜਿਹੜੇ ਵੀ ਪੁਰਾਣੇ ਜਿੰਨੇ ਬਜ਼ੁਰਗ ਸੀ ਸਭ ਪੁਰਾਣੇ ਪਿੰਡਾਂ ਵਾਲੇ ਜਾਂ ਸ਼ਹਿਰ ਵਾਲੇ ਸਭ ਘੜੇ ਦਾ ਪਾਣੀ ਹੀ ਯੂਜ਼ ਕਰਦੇ ਸੀ। ਘੜੇ ਦੇ ਪਾਣੀ ਦੀਆਂ ਕੋਈ ਬਿਮਾਰੀਆਂ ਲੱਗ ਕੇ ਨਹੀਂ ਆਉਂਦੀਆਂ, ਕੋਈ ਨਾ ਕੋਈ ਯਾਨੀ ਕਿ ਅੱਜ ਕੱਲ੍ਹ ਜੋ ਤੀਫਰੇ ਦਾ ਪਾਣੀ ਪੀਂਦੇ ਪੇਟ ਮੋਟਾ ਹੋ ਜਾਂਦਾ ਹੈ, ਘੜੇ ਵਾਲੇ ਪਾਣੀ ਨਾਲ ਪ੍ਰੋਬਲਮ ਨਹੀਂ ਆਉਂਦੀ, ਕਦੀ ਬਿਮਾਰੀ ਨਹੀਂ ਲੱਗਦੀ। ਕਹਿੰਦੇ ਜਦੋਂ ਜੂਨ ਜੁਲਾਈ ਅਗਸਤ ਦਾ ਮਹੀਨਾ ਹੁੰਦਾ 3 ਮਹੀਨੇ ਲੋਕ ਪ੍ਰੈਫਰ ਕਰਦੇ ਨੇ ਘੜੇ ਦੇ ਪਾਣੀ ਨੂੰ, ਖਾਸ ਕਰਕੇ ਇਹਨਾਂ ਦਿਨਾਂ ਵਿੱਚ, ਉਹ ਕਿਉਂ? ਦੇਖੋ ਜੀ ਜਿਹੜਾ ਪਾਣੀ ਫੀਦਾ ਯਕਦਮ ਠੰਡਾ ਪਾਣੀ ਪੀਵੇ ਤਾਂ ਵੀ ਲੂਜ ਮੋਸ਼ਨ ਲੱਗ ਜਾਂਦੇ, ਕਈਆਂ ਨੂੰ ਪੇਟ ਖਰਾਬ ਹੋ ਜਾਂਦਾ ਹੈ। ਇਸ ਕਰਕੇ ਲੋਕ ਰਾਤ ਦਾ ਬੇਹਾ ਪਾਣੀ ਪੀਂਦੇ, ਇਹਦਾ ਪਾਣੀ ਦਾ ਖਾਸੀ ਦੇ ਘੜੇ ਵਾਲੇ ਪਾਣੀ ਰਾਤ ਨੂੰ ਭਰਨਾ ਹੈ, ਰਾਤ ਰਾਤ ਪੂਰੇ ਮਿੱਟੀ ਦੇ ਤੱਤ ਲੈਣੇ ਨੇ, ਇਸ ਸਿਰ ਉੱਠਦਾ ਸਾਰੀ ਦਾ ਪਾਣੀ ਪੀਓ, ਤੁਹਾਨੂੰ ਕਦੀ ਇਹ ਪੇਟ ਦੀ ਪ੍ਰੋਬਲਮ ਕਦੀ ਨਹੀਂ ਆਏਗੀ। ਇਹ ਡਿਜ਼ਾਈਨ ਵਾਲੇ ਜਿਹੜੇ ਘੜੇ ਆਏ ਹੋਏ ਹੈ ਇਹ ਜਿਹੜੇ ਕਿ ਇਹ ਇਹਨਾਂ ਦੀ ਕੋਈ ਖਾਸੀਅਤ ਜ਼ਿਆਦਾ ਹੈਗੀ ਜਾਂ ਵੈਸੇ ਦੇਖਣ ਵਿੱਚ ਸੋਹਣੇ ਲੱਗਦੇ ਆ? ਇਹ ਜੀ ਪੰਜਾਬ ਤੋਂ ਬਾਹਰ ਇੱਥੇ ਪੰਜਾਬ ਵਿੱਚ ਸਿਰਫ ਕਾਲੀ ਮਿੱਟੀ ਚੱਲਦੀ ਹੈ, ਪੰਜਾਬ ਤੋਂ ਬਾਹਰ ਸਿਰਫ ਲਾਲ ਕਾਲੀ ਪਿਓਰ ਕਾਲੀ ਮਿੱਟੀ ਦੇ ਬਣਦੇ ਨੇ ਘੜੇ ਆ ਵਾਲੇ, ਠੀਕ ਹੈ ਜੀ। ਇਹ ਬਣਦੇ ਘੜੇ ਰਾਜਕੋਟ ਤੋਂ ਗੁਜਰਾਤ ਤੋਂ ਆਉਂਦੇ ਘੜੇ, ਇਹਦੇ ਵਿੱਚ ਇਹਦਾ ਖਾਸੀ ਦੇ ਕਿ ਜਿਹੜੇ ਲੋਕ ਅੱਜ ਕੱਲ੍ਹ ਆਰ ਓ ਵਾਲਾ ਪਾਣੀ ਬੜਾ ਪੀਂਦੇ ਨੇ, ਹਾਂਜੀ ਆਰ ਓ ਵਾਲਾ ਪਾਣੀ ਬੜਾ ਸ਼ੁੱਧ ਹੁੰਦਾ ਜੀ, ਸਾਫ਼ ਪਾਣੀ ਹੈਗਾ, ਆਰ ਓ ਵਾਲਾ ਪਾਣੀ ਬੇਕਾਰ ਹੈਗਾ ਜੀ। ਇਸ ਟਾਈਮ ਇਹ ਘੜਾ ਹੈ ਖਾਸੀ ਦੇ ਕਿ ਇਹਦੇ ਵਿੱਚ ਤੁਸੀਂ ਆਰ ਓ ਵਾਲਾ ਪਾਣੀ ਪਾਓ ਤੁਹਾਨੂੰ ਅੱਧੇ ਘੰਟੇ ਬੋ ਆਣੀ ਚਾਲੂ ਹੋ ਜਾਵੇ ਵੀ ਆਰ ਓ ਕਿੰਨਾ ਗੰਦਾ ਹੈ, ਕਿਉਂ ਆਰ ਜਿਹੜੇ ਕੀਟਾਣੂ ਜਿਹੜੇ ਸਾਨੂੰ ਪਾਣੀ ਸਰਕਾਰੀ ਪਾਣੀ ਜਿਹੜੇ ਕੀਟਾਣੂ ਹਨ ਸਾਡੇ ਸਰੀਰ ਨੂੰ ਚਾਹੀਦੇ ਨੇ, ਉਹ ਆਰ ਓ ਤੱਤ ਮਾਰ ਦਿੰਦਾ ਸਾਰੇ, ਉਹ ਕੀਟਾਣੂ ਮਾਰਦਾ ਉਹਨਾਂ ਬੋ ਆਉਂਦੀ ਪਾਣੀ ਦੀ। ਇਸ ਕਰਕੇ ਇਹਦੇ 'ਚ ਇਹ ਘੜੇ ਲੋਕ ਤਾਂ ਡਿਜ਼ਾਈਨਿੰਗ ਹਟਦੇ ਪਏ ਨੇ ਵੀ ਆਰ ਓ ਇੰਨਾ ਗੰਦਾ ਹੈ, ਆਰ ਓ ਵਾਲਾ ਪਾਣੀ ਇੱਥੇ ਪਾਓ ਤੁਹਾਨੂੰ ਬੋ ਆਏਗੀ। ਇਸ ਕਰਕੇ ਇਹ ਘੜੇ ਵਧੀਆ ਹੈ, ਗੁਜਰਾਤ ਸਾਈਡ ਤੇ ਜਾਂ ਕਲਕੱਤੇ ਸਾਈਡ ਦੇ ਬਾਹਰ ਸਾਈਡ ਦੇ ਸਭ ਲੋਕ ਇਹ ਘੜੇ ਵਰਤਦੇ ਨੇ, ਇਹ ਤਾਂ ਹੀ ਖਾਸੀ ਇਹਦਾ ਪਾਣੀ ਵਧੀਆ ਸ਼ੁੱਧ ਸ਼ੁੱਧ ਨਾਲੇ ਜਿਹੜੇ ਘਰ ਰੱਖਿਆ ਹੋਵੇ ਤਾਂ ਵੀ ਸੋਹਣਾ ਲੱਗਦਾ ਰੱਖਿਆ, ਰਸੋਈ 'ਚ ਬੈਸਟ ਲੱਗਦਾ ਹੈ, ਸੋਹਣੇ ਕਲਰ ਕਲਰ 'ਚ ਕਾਫੀ ਹੁੰਦੇ ਨੇ, ਇੱਕ ਕਲਰ ਹੀ ਆਉਂਦਾ, ਬੜੀ ਵਰਾਇਟੀ ਦੇ ਘੜੇ ਆਉਂਦੇ ਨੇ ਨਾਲੇ ਸਾਡੇ ਕੋਲ, ਸੋਹਣਾ ਲੱਗਦਾ ਘੜਾ ਸਾਡੇ ਕੋਲ। ਹੋਰ ਵੀ ਚੀਜ਼ ਬੋਤਲ ਵਗੈਰਾ ਵੀ ਮਿੱਟੀ ਦੇ ਕੋਈ ਆਈਆਂ ਹੋਈਆਂ ਜਾਂ? ਹਾਂਜੀ ਸਾਡੇ ਕੋਲ ਬੋਤਲਾਂ ਹੈਗੀਆਂ ਨੇ ਮਿੱਟੀ ਦੀਆਂ, ਇਹ ਵੀ ਰਾਜਕੋਟ ਦੀ ਬੋਤਲ ਆ, ਅੱਜਕੱਲ੍ਹ ਲੋਕ ਪਲਾਸਟਿਕ ਦੀਆਂ ਬੋਤਲਾਂ ਖੜੇ ਪਾਣੀ ਪੀਂਦੇ, ਕੀ ਪਤਾ ਕਿਸ ਦਿਨ ਦਾ ਪਾਣੀ ਭਰਿਆ, ਕੋਈ ਬੋਤਲਾਂ ਇਹੋ ਜਿਹੇ ਮਹੀਨਾ ਮਹੀਨਾ ਇੱਥੇ ਡੇਢ ਲਾ ਦੇ ਜੀ, 2 ਮਹੀਨੇ ਸਪੈਰ ਦੀ ਪਾਣੀ ਕਈ ਸਪੈਰ ਹੁੰਦਾ ਭਾਜੀ, ਪਾਣੀ ਪਲਾਸਟਿਕ ਬੋਤਲ ਭਰਦੇ ਪਾਣੀ ਉਬਾਲੇ ਮਾਰਦਾ ਹੈ। ਇਸ ਕਰਕੇ ਲੋਕਾਂ ਮਿੱਟੀ ਦੀ ਪਾਣੀ ਦੀ ਬੋਤਲ ਚਲਾਤੀ ਹੈ ਵੀ ਰਾਜਕੋਟ ਤੋਂ ਬਣ ਕੇ ਆਉਂਦੀ ਹੈ, ਅੱਧੇ 1.5 ਘੰਟੇ ਪਾਣੀ ਠੰਡਾ ਕਰ ਦਿੰਦੀ ਹੈ। ਇਹ ਟੂਰਿਸਟ ਜਾਣਾ ਜਾਂ ਕਾਰ ਸਫ਼ਰ ਕਰਦੇ ਜਾਂ ਟ੍ਰੇਨ ਸਫ਼ਰ ਕਰਦੇ ਜਾਂ ਕੋਈ ਰਿਕਸ਼ੇ ਸਫ਼ਰ ਕਰਦੇ ਜੇ, ਉਹ ਪਾਣੀ ਬੋਤਲ ਭਰ ਕੇ ਲੈ ਜਾਓ, ਪਾਣੀ ਸ਼ੁੱਧ ਰਹੇਗਾ ਇਹਦੇ ਵਿੱਚ। ਹੁਣ ਲੋਕ ਜਿਹੜੇ ਨੇ ਕਿ ਉਹ ਮਿੱਟੀ ਦੇ ਭਾਂਡਿਆਂ ਵਾਲੇ ਮਿੱਟੀ ਦੇ ਘੜੇ ਵੱਲ ਜਾਂ ਮਿੱਟੀ ਦੀ ਬੋਤਲਾਂ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੇ ਨੇ? ਬਹੁਤ ਜ਼ਿਆਦਾ ਆ ਰਹੇ ਜੀ, ਕਾਫੀ ਵਿਕਰੀ ਹੋ ਰਹੀ ਹੈ, ਇਹ 'ਚ ਬੜੀਆਂ ਵਰਾਇਟੀਆਂ ਹੁੰਦੀਆਂ, ਹਾਂਡੀਆਂ ਹੁੰਦੀਆਂ ਸਬਜ਼ੀ ਬਣਾਉਣ ਵਾਲੀਆਂ, ਦਹੀਂ ਜਮਾਣ ਵਾਲੇ ਕੋਲੇ ਹੁੰਦੇ ਆ ਸਾਡੇ ਕੋਲ ਦਹੀਂ ਜਮਾਣ ਵਾਸਤੇ, ਇੱਕ ਰਾਜਕੋਟ ਦੇ ਕੋਲੇ ਆਏ ਸਾਡੇ ਕੋਲ ਦਹੀਂ ਜਮਾਣ ਵਾਲੇ, ਬੜਾ ਸ਼ਾਨਦਾਰ ਦਹੀਂ ਜਾਂਦਾ, ਇੱਥੇ ਬਹੁਤ ਵਧੀਆ ਦਹੀਂ ਜਾਂਦਾ, ਜਿਹੜਾ ਖਾਏਗਾ ਪਤਾ ਲੱਗੇਗਾ ਦਹੀਂ ਖਾਦਾ ਬਜ਼ਾਰ ਦਾ ਦਹੀਂ ਖਾਣਾ ਭੁੱਲ ਜਾਏਗਾ, ਜਿਹੜਾ ਦਹੀਂ ਜਮਾਏ ਖਾਏਗਾ ਕੋਲੇ ਵਿੱਚ, ਇਹ ਪਿਓਰ ਕਾਲੀ ਮਿੱਟੀ ਦਾ ਬਣਦਾ ਵੀ ਰਾਜਕੋਟ ਤੋਂ ਹੀ ਬਣ ਕੇ ਆਉਂਦਾ ਹੈ। ਮਿੱਟੀ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਸ਼ੁੱਧ ਮੰਨੀ ਗਈ ਹੈ ਅਤੇ ਲੋਕ ਹੁਣ ਜਾਗਰੂਕ ਹੋ ਰਹੇ ਨੇ, ਹੁਣ ਜਿਹੜਾ ਕਿ ਜਿਵੇਂ ਤੁਸੀਂ ਕਹਿ ਰਹੇ ਪਲਾਸਟਿਕ ਦੀ ਚੀਜ਼ ਵਿੱਚ ਪਾਣੀ ਪੀਂਦੇ ਨੇ ਲੋਕ, ਉਹ ਜ਼ਿਆਦਾ ਵਧੀਆ ਨਹੀਂ ਹੁੰਦਾ, ਆਰ ਓ ਦਾ ਪਾਣੀ ਵਧੀਆ ਨਹੀਂ ਹੁੰਦਾ, ਹੁਣ ਜਿਹੜਾ ਕਿ ਲੋਕ ਆਪਣੇ ਆਪ ਨੂੰ ਮਿੱਟੀ ਵੱਲ ਫਿਰ ਦੁਬਾਰਾ ਜਿਹੜਾ ਕਿ ਉਸੇ ਜਿਹੜੇ ਪੁਰਾਣੇ ਸਮੇਂ ਹੁੰਦੇ ਸੀ ਉਸ ਵੱਲ ਜਾ ਰਹੇ ਨੇ? ਦੇਖੋ ਜਿਹੜੇ ਪੁਰਾਣੇ ਸਮੇਂ ਇਹ ਬਜ਼ੁਰਗ ਲੋਕ ਪਾਣੀ ਪੀਂਦੇ ਨੇ, ਬੰਬੀਆਂ ਦਾ ਪਾਣੀ ਪੀਂਦੇ ਸੀ ਤੇ ਕਾਫੀ ਲੋਕ ਤੰਦਰੁਸਤ ਰਹਿੰਦੇ ਸੀ, ਲੋਕ ਜੋ ਜੋ ਯੁੱਗ ਬਦਲਿਆ ਲੋਕਾਂ ਨੇ ਫਰਿੱਜਾਂ ਲੈਣ ਦੀਆਂ, ਜਿੰਨੇ ਜੇ ਤੇਜ਼ ਗਤੀ ਨਾਲ ਚੱਲੇ ਉਹਨੀ ਤੇਜ਼ ਗਤੀ ਨਾਲ ਬਿਮਾਰੀਆਂ ਵੀ ਚੱਲੀਆਂ, ਹੁਣ ਲੋਕ ਸਭ ਬੈਕ ਆ ਗਏ ਹੋਏ ਨੇ ਵੀ ਨਹੀਂ ਯਾਰ ਮਿੱਟੀ ਸ਼ੁੱਧ ਹੈਗੀ ਆ, ਮਿੱਟੀ ਦੇ ਘੜੇ ਪਾਣੀ ਪੀਣਾ, ਮਿੱਟੀ ਦੀਆਂ ਹਾਂਡੀਆਂ ਸਬਜ਼ੀ ਬਣਾ ਕੇ ਖਾਣੀ ਹੈ, ਸਭ ਚੀਜ਼ਾਂ ਮਿੱਟੀ, ਕਈ ਹੁਣ ਐਸੀ ਐਸੀ ਵਰਾਇਟੀ ਮਿੱਟੀ ਦੀ ਆ ਚੁੱਕੀ, ਸਾਡੇ ਕੁੱਕਰ ਹੁੰਦਾ, ਫਰਾਈ ਪੈਨ ਹੁੰਦਾ, ਟੀ ਸੈੱਟ ਹੁੰਦੇ, ਗਲਾਸ ਹੁੰਦੇ, ਬੜੀ ਵਰਾਇਟੀ ਮਿੱਟੀ ਦੀ ਆ ਗਈ ਹੈ, ਸਭ ਲੋਕ ਯੂਜ਼ ਕਰਦੇ ਪਏ ਨੇ ਸਾਡੇ ਕੋਲ, ਹੁਣ ਲੋਕ ਜ਼ਿਆਦਾ ਮਿੱਟੀ ਵੱਲ ਫਿਰ ਜ਼ਿਆਦਾ
बहुत ही ज्यादा तपते ने लू के थपेड़े नाल हर कोई जरा कि परेशान रहता है तो हर कोई चाहता है गर्मी तो जरा कि अपना बचाव करने वास्ते जो प्यास लगती है तो लोग पानी ठंडा पानी ज्यादातर पीने तरजीह देंगे ने पर जरा कि घड़े का पानी है ये सब तो बेहतर है तो पेट वास्ते भी बहुत ज़्यादा बेहतर है क्योंकि जेकर गल करिए फ्रिजा की तो फ्रिज जोड़े ने कितना कित जो पानी जो पीवीदा है तो वह बीमारी का जरा कि कारण बनता दूजे पास जो कि 150 से 200 रुपए तक का जो कड़ा अवेलेबल है मार्केट में वो ज़्यादा ज़्यादा वधिया जरा कि बेहतर पानी जरा दिता है भाजी घड़े के मिट्टी के घड़े जो कि इतने पहुंचे हो लैन वास्ते क्यों मिट्टी के घड़े को खरीदते हो मिट्टी का घड़ा भाजी एक तो जिदा लाडी ने उन्हें दसिया सारा कि गर्मियों के जिदा असं पानी फिल्टर करके फिल्टर के पानी की बोतल जी फ्रिज लगा के पीने पेट च फारा करती है या पेट च पचता नहीं है पानी घड़े का पानी जो ही पीने वो कभी भी तुम फारा नहीं होंगे पेट जरा बिल्कुल साफ रहा जड़िया पेट दिया बीमारियां ने उन्होंने भी दूर कर सुनिया सुनिया गल बजुर्गों को पता लगा नहीं बजुर्गों को जो पता लगा सू जो बजुर्गों ने सू दसिया उस हिसाब न अभी फिर हर साल एक घड़ा जोड़ा अभी लैन आ जाने लाडी को हूँ तो वाहवा सोने घड़े भी आ गए जे पेंट किए हुए घड़े बी पेंट किए घड़े ज दूसरा नॉर्मल घड़ा आ ਕੜਾ ਕੜਾਈ ਆ ਇਹਦੇ ਲਈ ਮੈਂ ਜਾਣਾ ਨਹੀਂ ਕਰਵਾ ਪਾਣੀ ਵਧੀਆ ਸਭ ਸ਼ੁੱਧ ਪਾਣੀ ਜਿਹੜਾ ਕੀ ਉਹ ਘੜੇ ਦਾ ਪਾਣੀ ਮੈਂ ਲੈਂਦਾ ਤੇ ਹੁਣ ਲੋਕ ਜਾਗਰੂਕ ਹੋ ਰਹੇ ਨੇ ਮਿੱਟੀ ਦੇ ਜਿਹੜੇ ਬਣੇ ਘੜੇ ਨੇ ਜਾਂ ਭਾਂਡੇ ਨੇ ਉਹਨਾਂ ਵੱਲ ਜ਼ਿਆਦਾ ਉਹਨਾਂ ਦੀ ਖਰੀਦਦਾਰੀ ਵਿੱਚ ਤਵੱਜੋ ਹੋ ਰਹੀ ਲੋਕਾਂ ਦੀ ਬਾਜੀ ਕਾਫੀ ਲੋਕ ਅੱਜ ਦੀ ਡੇਟ ਦੇ ਵਿੱਚ ਹੀ ਦੇਖਿਆ ਗਿਆ ਕਿ ਮੈਕਸਿਮਮ ਕਈਆਂ ਦੇ ਘਰਾਂ ਦੇ ਵਿੱਚ ਦੇਖੀਦਾ ਜਾਂ ਦੁਕਾਨਾਂ ਤੇ ਜਾਈਦਾ ਮੈਕਸਿਮਮ ਲੋਕ ਜਿਹੜੇ ਹੈਗੇ ਨੇ ਉਹ ਘੜਾ ਜਿਹੜਾ ਯੂਜ਼ ਕਰ ਰਹੇ ਆ ਘੜੇ ਦਾ ਪਾਣੀ ਨੂੰ ਵਰਤ ਰਹੇ ਆ ਕੋਈ ਘੜੇ ਦਾ ਪਾਣੀ ਜਿਹੜਾ ਕੀ ਉਹ ਸਭ ਤੋਂ ਜ਼ਿਆਦਾ ਬਿਹਤਰ ਅਤੇ शुद्ध मनिया गया क्योंकि घड़ा जो इस पानी पाने जो इस पानी पीने तो प्यास जी कि बुझदी है जरा कि गला वो तर हो जाता दूजे पास जेकर फ्रिज का पानी पीने तो प्यास नहीं बुझदी बार बार प्यास लगती है तो वह पानी जरा कि कई सारिया पेट दिमारियों भी जरा कि जन्म दिता इसलिए जो भी ये दिन आते हैं तो घड़े नाल जो कि मिट्टी के घड़े बाजार जो कि सज जाते हैं तो लोग भी जोड़े कि इन्होंने घड़े की खुल के खरीद करते हैं क्योंकि जोड़ा कि इन्ह घड़े का पानी है ये पेट वास्ते ते गले वास्ते वरदान तो घट नहीं है तो ये जोड़े कि घड़े ने बहुत ही सस्ते रेटा जोड़े कि मार्केट में मुहैया ने कैमरा परसन विपिन शर्मा सिकंदर पसरीचा दैनिक सवेरा टीवी अमृतसर।